ਕਿ ਤੁਸੀਂ ਵੀ ਪਰੇਸ਼ਾਨ ਹੋ ਸ਼ਾਈਆਂ ਤੂੰ, ਹਰ ਕੋਈ ਪਰੇਸ਼ਾਨ ਹੈ ਸ਼ਾਈਆਂ ਤੂੰ, ਹਰ ਕੋਈ ਇਹੀ ਚਾਹੁੰਦਾ ਹੈ ਕਿ ਸਾਡਾ ਚਿਹਰਾ ਬਿਲਕੁਲ ਚਮਕਦਾ ਹੋਵੇ, ਸੋਹਣਾ ਹੋਵੇ, ਅਸੀਂ ਵੀ ਸਾਰਿਆਂ ਤੋਂ ਸੁੰਦਰ ਦਿਸੀਏ। ਪਰ ਉਹ ਕਿੱਦਾਂ ਹੋ ਸਕਦਾ ਹੈ? ਅੱਜ ਤੁਹਾਡੇ ਨਾਲ ਇੱਦਾਂ ਦੀ ਕਰੀਮ ਸ਼ੇਅਰ ਕਰਾਂਗੇ ਜਿਹੜੀ ਘਰ ਵਿੱਚ ਬਣਾਈ ਜਾਂਦੀ ਹੈ ਬਹੁਤ ਹੀ ਸਸਤੇ ਤਰੀਕੇ ਨਾਲ, ਆਸਾਨ ਤਰੀਕੇ ਨਾਲ। ਕਿੱਦਾਂ ਬਣਦੀ ਹੈ ਉਹ ਨਹੀਂ ਮੈਂ ਦੱਸਾਂਗੀ, ਉਹ ਤੁਸੀਂ ਕਮੈਂਟ ਕਰਕੇ ਪੁੱਛੋਗੇ ਤੇ ਅਗਲੀ ਵੀਡੀਓ ਵਿੱਚ ਦੱਸਾਂਗੀ। ਪਰ ਜਿਹੜੀ ਆਹ ਕਰੀਮ ਹੈ ਨਾ, ਜਿਹੜੀ ਮੈਂ ਘਰੇ ਬਣਾਈ ਹੈ, ਸੱਚੀ ਇਹਨੂੰ ਲਗਾ ਕੇ ਨਾ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲੇਗਾ। ਜਿੰਨੀਆਂ ਮਰਜ਼ੀ ਪੁਰਾਣੀਆਂ ਛਾਈਆਂ ਹੋਈਆਂ ਹੁਣ, 10 ਸਾਲ ਪੁਰਾਣੀਆਂ, 15 ਸਾਲ ਪੁਰਾਣੀਆਂ, 20 ਸਾਲ ਪੁਰਾਣੀਆਂ ਨੇ, ਜਿੱਦਾਂ ਦਾ ਮਰਜ਼ੀ ਚਿਹਰਾ ਹੋਇਆ ਹੋਵੇ, ਮੁਲਾਜ਼ਮਾ ਹੋਇਆ ਹੋਵੇ, ਪਿਗਮੈਂਟੇਸ਼ਨ ਹੋਈ ਹੋਵੇ, ਪਿੰਪਲ ਦੇ ਦਾਗ ਹੋਣ, ਛਾਈਆਂ ਹੋਣ, ਮਤਲਬ ਕਿ ਜਿਹੜਾ ਸਕਿਨ ਕਾਲੀ ਕਾਲੀ ਡਲ ਡਲ ਹੋ ਜਾਂਦੀ ਹੈ, ਉਹ ਵੀ ਇਹਦੇ ਨਾਲ ਠੀਕ ਹੋ ਜਾਏਗੀ। ਇਹ ਕਰੀਮ ਕਿੱਦਾਂ ਬਣਦੀ ਹੈ, ਕਿਸ ਚੀਜ਼ ਦੀ ਬਣੀ ਹੈ, ਇਹ ਮੈਂ ਅੱਜ ਨਹੀਂ ਦੱਸਾਂਗੀ। ਅੱਜ ਤੁਹਾਨੂੰ ਇੱਕ ਸਿਰਫ ਇੱਦਾਂ ਦਾ ਪੈਕ ਦੱਸਾਂਗੀ ਜੋ ਵਾਇਰਲ ਪੈਕ ਹੈ, ਹਰ ਕੋਈ ਇਸਤੇਮਾਲ ਕਰ ਰਿਹਾ। ਉਹ ਪੈਕ ਸੱਚੀ ਹੀ ਇੰਨਾ ਗਲੋ ਦਿੰਦਾ, ਉਹਦੇ ਨਾਲ ਵੀ ਛਾਈਆਂ ਜਿਹੜੀਆਂ ਨੇ ਬਿਲਕੁਲ ਠੀਕ ਹੋ ਜਾਂਦੀਆਂ ਨੇ, ਅਤੇ ਉਹ ਪੈਕ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਹਿਲਾਂ। ਉਸ ਤੋਂ ਮੇਰੇ ਚੈਨਲ 'ਤੇ ਜਿਹੜੇ ਨਵੇਂ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ, ਕਿਉਂਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ, ਹੈ ਨਾ ਜੀ। ਆਪਾਂ ਇਸ ਚੈਨਲ 'ਤੇ ਤੁਹਾਡੇ ਨਾਲ ਸੋਹਣੇ ਸੋਹਣੇ ਰੈਮਡੀ, ਸੋਹਣੇ ਸੋਹਣੇ ਕਰੀਮਾਂ, ਜਿਹੜੀਆਂ ਨੈਚੁਰਲ ਤਰੀਕੇ ਨਾਲ ਘਰੇ ਹੀ ਤਿਆਰ ਕੀਤੀਆਂ ਜਾ ਰਹੀਆਂ ਨੇ, ਉਹੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਕੋਲ ਇੰਨੀ ਬਜਟ ਨਹੀਂ ਹੁੰਦੀ, ਇੰਨੇ ਪੈਸੇ ਨਹੀਂ ਹੁੰਦੇ, ਨਹੀਂ ਪਾਰਲਰ ਜਾ ਸਕਦੀਆਂ, ਇੰਨੇ ਇੰਨੇ ਪ੍ਰੋਡਕਟ ਮਹਿੰਗੇ ਨਹੀਂ ਖਰੀਦ ਸਕਦੀਆਂ, ਉਹ ਘਰੇ ਨੈਚੁਰਲ ਤਰੀਕੇ ਨਾਲ ਆਪਣਾ ਚਿਹਰਾ ਕਿੱਦਾਂ ਚਮਕਾ ਸਕਦੀਆਂ ਨੇ। ਅਤੇ ਜਿਹੜੀ ਆਪਣੇ ਰਿੰਕਲ ਹੁੰਦੇ ਨੇ ਏਜ ਤੋਂ ਪਹਿਲਾਂ ਹੀ, ਹੈ ਨਾ, 30 ਸਾਲ ਦੀ ਉਮਰ ਤੱਕ, ਜਿਹੜੀਆਂ ਲੇਡੀਜ਼, ਕਈ ਇੱਦਾਂ ਦੀ ਲੇਡੀਜ਼ ਨੇ, ਉਹਨਾਂ ਦੀ 30 ਸਾਲ ਵੀ ਉਮਰ ਨਹੀਂ ਹੋਈ ਹੈਗੀ ਅਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਠੀਕ ਹੈ। ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਅਤੇ ਮੇਰੀ ਏਜ ਜਿਹੜਾ ਦੱਸੂਗਾ ਨਾ ਕਮੈਂਟ ਕਰਕੇ, ਅਤੇ ਉਹਨੂੰ ਪ੍ਰਾਈਜ਼ ਮਿਲੇਗਾ ਜਿਹੜੀ ਮੇਰੀ ਏਜ ਦੱਸੇਗਾ, ਠੀਕ ਹੈ ਜੀ। ਅਤੇ ਬਾਕੀ ਦੇਖੋ, ਆਪਾਂ ਨੈਚੁਰਲ ਤਰੀਕੇ ਨਾਲ, ਕੋਈ ਮੇਕਅਪ ਨਹੀਂ ਕੀਤਾ, ਕੁਛ ਨਹੀਂ ਕੀਤਾ, ਸਿਰਫ ਮੇਰਾ ਨੈਚੁਰਲ ਚਿਹਰਾ, ਸਿਰਫ ਥੋੜ੍ਹਾ ਮੈਂ ਸਵੇਰੇ ਸਿਰਫ ਪਾਣੀ ਨਾਲ ਧੋਇਆ ਹੈ ਅਤੇ ਵੀਡੀਓ ਬਣਾਉਣ ਬੈਠ ਗਈ ਹਾਂ, ਕਿਉਂਕਿ ਤਾਂ ਜਿਹੜੀ ਆਹ ਕਰੀਮ ਹੈ ਨਾ, ਜਿਹੜੀ ਮੈਂ ਘਰੇ ਤਿਆਰ ਕੀਤੀ ਹੋਈ ਹੈ, ਠੀਕ ਹੈ, ਇਹ ਮੈਂ ਇਸਤੇਮਾਲ ਕਰਦੀ ਹਾਂ ਡੇਲੀ ਨਾਈਟ ਨੂੰ, ਅਤੇ ਚਿਹਰਾ ਬਿਲਕੁਲ ਸ਼ੀਸ਼ੇ ਵਾਂਗ ਚਮਕ ਜਾਂਦਾ ਹੈ। ਅਤੇ ਤੁਸੀਂ ਵੀ ਇਹ ਇਸਤੇਮਾਲ ਕਰਨਾ ਚਾਹੁੰਦੇ ਹੋ, ਬਣਾਉਣੀ ਸਿੱਖਣਾ ਚਾਹੁੰਦੇ ਹੋ ਕਿੱਦਾਂ ਬਣਦੀ ਹੈ, ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰਕੇ ਦੱਸੋ ਮੈਨੂੰ, ਅਤੇ ਇਹ ਕਰੀਮ ਜਿਹੜੀ ਮੈਂ ਤੁਹਾਨੂੰ ਬਣਾਉਣੀ ਦੱਸ ਦੇਵਾਂਗੀ। ਇਹਦੇ ਵਿੱਚ ਕੋਈ ਚੀਜ਼ ਨਹੀਂ ਚਾਹੀਦੀ, ਸਿਰਫ ਇੱਕ ਚੀਜ਼ ਹੀ ਚਾਹੀਦੀ, ਇੱਕ ਚੀਜ਼ ਨਾਲ ਹੀ ਇਹ ਕਰੀਮ ਬਣ ਕੇ ਤਿਆਰ ਹੋ ਜਾਂਦੀ, ਅਤੇ ਉਹ ਚੀਜ਼ ਆਮ ਤੁਹਾਡੇ ਘਰਾਂ ਵਿੱਚ ਪਈ ਰਹਿੰਦੀ ਹੈ। ਉਹ ਕਿਹੜੀ ਚੀਜ਼ ਹੈ, ਅਗਲੀ ਵੀਡੀਓ 'ਚ ਦੱਸਾਂਗੀ। ਅੱਜ ਮੈਂ ਤੁਹਾਡੇ ਨਾਲ ਇੱਦਾਂ ਦਾ ਪੈਕ ਸ਼ੇਅਰ ਕਰਦੀ ਹਾਂ, ਕਿਹੜਾ ਪੈਕ ਹੈ, ਜਿਹੜਾ ਬਹੁਤ ਹੀ ਵਾਇਰਲ ਪੈਕ ਹੋਇਆ ਪਿਆ, ਬਹੁਤ ਹੀ ਸਸਤਾ ਅਤੇ ਬਹੁਤ ਹੀ ਆਸਾਨ, ਮਲੇਠੀ ਦਾ ਪੈਕ। ਅਤੇ ਉਹ ਮਲੇਠੀ ਜਿਹੜੀ, ਉਹਦਾ ਕਿੱਦਾਂ ਆਪਾਂ ਪੇਸਟ ਬਣਾ ਕੇ, ਕਿੱਦਾਂ ਮਤਲਬ ਕਿ ਪੈਕ ਤਿਆਰ ਕਰ ਸਕਦੇ ਹੋ, ਕਿੱਦਾਂ ਹੋ ਸਕਦਾ ਹੈ। ਇੱਕ ਲੱਕੜੀ ਹੁੰਦੀ ਹੈ ਮਲੇਠੀ, ਉਹਨੂੰ ਚਾਹ 'ਚ ਪਾ ਕੇ ਸਰਦੀਆਂ ਵਿੱਚ ਵੀ ਪੀਆ ਜਾਂਦਾ, ਉਹ ਖਾਂਸੀ ਹੋਈ ਹੋਵੇ, ਗਲੇ 'ਚ ਖੜਾਚ ਹੋਈ ਹੋਵੇ, ਉਹਦੇ ਲਈ ਵੀ ਬਹੁਤ ਠੀਕ ਹੁੰਦੀ ਹੈ, ਬੱਚਿਆਂ ਲਈ ਬਹੁਤ ਵਧੀਆ ਹੁੰਦੀ ਹੈ, ਅਤੇ ਸਕਿਨ ਲਈ ਤਾਂ ਉਹ ਵਰਦਾਨ ਹੈ, ਬੈਸਟ ਹੈ ਉਹ ਰੈਮਡੀ। ਅਤੇ ਕਿੱਦਾਂ ਉਹਨੂੰ ਤਿਆਰ ਕੀਤਾ ਜਾਂਦਾ, ਕੀ ਕੀ ਚੀਜ਼ਾਂ ਪੈਂਦੀਆਂ ਨੇ, ਅਤੇ ਕਿਵੇਂ ਤੁਸੀਂ ਉਹਦਾ ਟੋਨਰ ਵੀ ਬਣਾ ਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀ। ਵੀਡੀਓ ਫੁੱਲ ਦੇਖਣਾ ਅਤੇ ਫੁੱਲ ਦੇਖ ਕੇ ਸੋਹਣਾ ਕਮੈਂਟ ਕਰੋ, ਅਤੇ ਇਸ ਕਰੀਮ ਬਾਰੇ ਜਿਹਨੇ ਵੀ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛੋ, ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਾਂ ਚਲੋ ਜੀ, ਫਟੋਫਟ ਵੀਡੀਓ ਕਰਦੇ ਹਾਂ ਸਟਾਰਟ। ਤਾਂ ਹਾਂਜੀ, ਇਹ ਵਾਲਾ ਫੇਸ ਪੈਕ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ, ਜਿਹੜਾ ਬਹੁਤ ਹੀ ਫੇਮਸ ਹੋਇਆ ਪਿਆ, ਬਹੁਤ ਵਾਇਰਲ ਫੇਸ ਪੈਕ ਹੋਇਆ ਪਿਆ, ਸੁਣਿਆ ਹੀ ਸੀ ਇਹਦੇ ਬਾਰੇ, ਪਰ ਸੱਚੀ ਪੁੱਛੋ ਨਾ, ਵਾਕਿਆ ਹੀ ਇਹ ਕੰਮ ਕਰਦਾ। ਇਹ ਕਿਸ ਚੀਜ਼ ਦਾ ਫੇਸ ਪੈਕ ਹੈ, ਇਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ। ਅਤੇ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ, ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਜਿਹੜਾ ਮਲੇਠੀ ਪਾਊਡਰ ਦਾ ਹੁੰਦਾ ਹੈ ਨਾ ਫੇਸ ਪੈਕ, ਉਹ ਛਾਈਆਂ ਵਾਸਤੇ ਬਹੁਤ ਕਾਰਗਿਲ ਹੈ, ਅਤੇ ਮੈਂ ਵੀ ਸੁਣਿਆ ਹੀ ਸੀ, ਪਰ ਵਾਕਿਆ ਹੀ ਇਹ ਬਹੁਤ ਹੀ ਵਧੀਆ ਹੈ।
ਤੇ ਇਹ ਜਿਹੜਾ ਮੇਰੀ ਭੈਣ ਛੋਟੀ ਹੈ ਨਾ ਜਿਹੜੀ, ਉਹਨੂੰ ਮੈਂ ਦਿੱਤਾ ਸੀਗਾ ਇਹ ਵਾਲਾ ਨੁਸਖਾ, ਉਹਦੇ ਛਾਈਆਂ ਸੀ ਕਿਉਂਕਿ ਮੇਰੇ ਫੇਸ ਤੇ ਤਾਂ ਹੁਣ ਠੀਕ ਹੋ ਚੁੱਕੇ ਨੇ, ਤੇ ਮੈਂ ਉਹਦੇ ਜਿਹੜਾ ਉਹਨੇ ਲਗਾਇਆ ਤੇ ਰਿਜ਼ਲਟ ਸੱਚੀ ਪੁੱਛੋ ਵਾਕਈ 15 ਦਿਨਾਂ ਦੇ ਵਿੱਚ ਵਿੱਚ ਉਹਦਾ ਫੇਸ ਐਨ ਚਮਕਣ ਲੱਗ ਗਿਆ। ਉਹਦੇ ਮਤਲਬ ਕਿ ਘਰ ਦੇ ਜੀ ਵੀ ਉਹਨੂੰ ਪੁੱਛਣ ਲੱਗ ਗਏ ਵੀ ਤੂੰ ਕੀ ਕਿਹੜੀ ਕਰੀਮ ਲਗਾਉਂਦੀ ਹੈ, ਕੀ ਵਰਤਦੀ ਹੈ, ਹੈ ਨਾ, ਇੰਨਾ ਵਧੀਆ ਹੁੰਦਾ। ਤੇ ਇਹਨੂੰ ਬਣਾਉਣ ਲਈ ਮੈਂ ਭੇਲ ਲਿਆ ਹੈ ਜਿਹੜੀ ਚੰਦਨ ਦੀਆਂ ਹੁੰਦੀਆਂ ਨੇ ਨਾ ਲੱਕੜੀਆਂ ਜਿਹੀਆਂ, ਸੋਰੀ ਉਹਦੀਆਂ ਲੱਕੜ ਜਿਹੀ ਵਾਂਗੂ ਹੁੰਦੀ ਹੈ ਮਲੇਠੀ, ਇਹਨੂੰ ਰਾਤ ਭਰ ਭੇਲ ਲਿਆ ਸੀਗਾ। ਅਤੇ ਜਿਹੜਾ ਇਹਦਾ ਪਾਣੀ ਹੈ ਨਾ ਉਹ ਆਪਾਂ ਥੋੜ੍ਹਾ ਜਿਹਾ ਲਿਆ ਹੈ ਬੇਸਣ, ਅਤੇ ਥੋੜ੍ਹਾ ਜਿਹਾ ਚੰਦਨ ਪਾਊਡਰ ਲਿਆ ਹੈ। ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਮਲੇਠੀ ਦਾ ਪਾਣੀ ਹੈ ਨਾ ਉਹ ਪਾ ਦੇਣਾ। ਤੁਸੀਂ ਚਾਹੋ ਤਾਂ ਮਲੇਠੀ ਦਾ ਪਾਊਡਰ ਵੀ ਲੈ ਸਕਦੇ ਹੋ, ਅਤੇ ਤੁਸੀਂ ਚਾਹੋ ਤਾਂ ਇੱਦਾਂ ਮਲੇਠੀ ਨੂੰ ਭੇ ਕੇ ਰਾਤ ਭਰ ਜਿਹੜਾ ਉਹਦਾ ਪਾਣੀ ਹੁੰਦਾ ਨਾ ਉਹ ਬੜੇ ਕੰਮ ਦੀ ਚੀਜ਼ ਹੈ। ਇਹ ਦੋ ਚੀਜ਼ਾਂ ਵਿੱਚ ਇਸਤੇਮਾਲ ਹੁੰਦਾ, ਟੋਨਰ ਵੀ ਬਣ ਜਾਂਦਾ ਹੈ, ਜਿਵੇਂ ਫੇਸ ਟੋਨਰ ਹੁੰਦਾ ਹੈ ਉਹ ਵੀ ਬਣ ਜਾਂਦਾ ਹੈ। ਅਗਰ ਰਾਤ ਨੂੰ ਆਪਾਂ ਟੋਨਰ ਜਿਹਾ ਲਗਾ ਕੇ ਵੀ ਸੋ ਸਕਦੇ ਹਾਂ, ਔਰ ਇੱਦਾਂ ਜਿਹੜਾ ਫੇਸ ਪੈਕ ਲਗਾਉਣਾ ਹੈ ਨਾ ਇਹਦੇ ਨਾਲ ਕੀ ਹੁੰਦਾ, ਇੱਕ ਤਾਂ ਚਿਹਰੇ ਦੇ ਵਾਲ ਜਿਹੜੇ ਨੇ ਉਹ ਰਿਮੂਵ ਹੋ ਜਾਂਦੇ ਆ, ਦੂਸਰਾ ਜਿਹੜਾ ਹੁੰਦਾ ਹੈ ਕਿ ਚਿਹਰੇ ਦੀ ਰੰਗਤ ਬਹੁਤ ਹੀ ਨਿਖਰ ਆਉਂਦੀ ਹੈ, ਅਤੇ ਬਾਕੀ ਜਿਹੜੀ ਹੁੰਦੀ ਹੈ ਨਾ ਇਹ ਥੋੜ੍ਹੀ ਜਿਹੀ ਵਿੱਚ ਹਲਦੀ ਪਾਉਣੀ, ਉਹ ਤੁਹਾਡੀ ਮਰਜ਼ੀ, ਹਲਦੀ ਪਾ ਸਕਦੇ ਹੋ ਚਾਹੇ ਨਹੀਂ ਪਾ ਸਕਦੇ। ਜਿਨ੍ਹਾਂ ਦੇ ਪਿੰਪਲ ਹੁੰਦੇ ਉਹ ਹਲਦੀ ਜ਼ਰੂਰ ਪਾਇਆ ਕਰੋ, ਕਿਉਂਕਿ ਹਲਦੀ ਜਿਹੜੀ ਜ਼ਖਮਾਂ ਵਾਸਤੇ ਬਿਲਕੁਲ ਵਧੀਆ ਹੁੰਦੀ ਹੈ ਨਾ, ਅਤੇ ਥੋੜ੍ਹੀ ਜਿਹੀ ਤੁਸੀਂ ਹਲਦੀ ਵੀ ਪਾ ਸਕਦੇ ਹੋ ਚੁਟਕੀ ਕੁ। ਅਤੇ ਲਓ ਜੀ ਇੱਦਾਂ ਦਾ ਜਿਹੜਾ ਇਹ ਨਾ ਫੇਸ ਪੈਕ ਬਣ ਕੇ ਹੋ ਗਿਆ ਰੈਡੀ। ਅਤੇ ਆਹ ਜਿਹੜਾ ਆਪਾਂ ਟੋਨਰ ਦੇ ਰੂਪ ਵਿੱਚ ਇਹਨੂੰ ਮੈਂ ਛੋਟੀ ਜਿਹੀ ਬੋਤਲ ਹੁੰਦੀ ਉਹਦੇ ਵਿੱਚ ਭਰ ਕੇ ਰੱਖ ਲੈਣਾ। ਇਹ ਰਾਤ ਨੂੰ ਆਪਾਂ ਕੀ ਕਰਦੇ ਹਾਂ ਕੋਟਨ 'ਚ ਡਿਪ ਕਰਕੇ ਨਾ ਆਪਾਂ ਆਪਣੇ ਚਿਹਰੇ 'ਤੇ ਰਾਤ ਨੂੰ ਸਾਰੀ ਰਾਤ ਲਗਾ ਕੇ ਛੱਡ ਸਕਦੇ ਹਾਂ। ਥੋੜ੍ਹੀ ਜਿਹੀ ਚਾਹੇ ਤਾਂ ਫਿਟਕੜੀ ਪਾ ਲਓ, ਫਿਟਕੜੀ ਨਾਲ ਸਕਿਨ ਜਿਹੜੀ ਟਾਈਟ ਰਹਿੰਦੀ ਹੈ ਅਤੇ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਹੈ, ਅਤੇ ਵਾਲ ਵੀ ਜਿਹੜੇ ਚਿਹਰੇ ਦੇ ਹੁੰਦੇ ਨੇ ਉਹ ਵੀ ਰਿਮੂਵ ਹੋ ਜਾਂਦੇ ਆ। ਬਿਲਕੁਲ ਚੁਟਕੀ ਕੁ ਪਾਣੀ, ਜ਼ਿਆਦਾ ਨਹੀਂ ਪਾਣੀ ਹੈਗੀ, ਅਤੇ ਇਹ ਬਹੁਤ ਸੋਹਣਾ ਟੋਨਰ ਬਣ ਕੇ ਰੈਡੀ ਹੋ ਗਿਆ। ਅਤੇ ਹੁਣ ਆਪਾਂ ਤੁਹਾਨੂੰ ਫੇਸ ਪੈਕ ਜਿਹੜਾ ਲਗਾ ਕੇ ਵੀ ਦੱਸਦੇ ਹਾਂ। ਅਤੇ ਲਓ ਜੀ ਚਿਹਰਾ ਜਿਹੜਾ ਆਪਾਂ ਸਿੰਪਲ ਪਾਣੀ ਨਾਲ ਚੰਗੀ ਤਰ੍ਹਾਂ ਵੋਸ਼ ਕਰ ਲੈਣਾ, ਅਗਰ ਜਿਹੜਾ ਤੁਸੀਂ ਆਪਣਾ ਫੇਸ ਵੋਸ਼ ਇਸਤੇਮਾਲ ਕਰਦੇ ਉਹਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ, ਕਲੀਨ ਕਰ ਲੈਣਾ, ਉਸ ਤੋਂ ਬਾਅਦ ਜਿਹੜਾ ਇਹ ਵਾਲਾ ਫੇਸ ਪੈਕ ਜੇ ਅਪਲਾਈ ਕਰ ਲੈਣਾ ਇਸ ਤਰੀਕੇ ਨਾਲ। ਅਤੇ ਬਹੁਤ ਹੀ ਵਧੀਆ ਫੇਸ ਪੈਕ ਹੈ, ਜਦੋਂ ਤੁਸੀਂ ਲਗਾਓਗੇ ਨਾ ਸੱਚੀ ਤੁਸੀਂ ਵਾਕਿਆ ਹੀ, ਤੁਸੀਂ ਮੈਨੂੰ ਕਹੋਗੇ ਦੀਦੀ ਵਾਕਿਆ ਹੀ ਜਿਹੜਾ ਤੁਸੀਂ ਫੇਸ ਪੈਕ ਦਿੱਤਾ ਬਹੁਤ ਵਧੀਆ ਫੇਸ ਪੈਕ ਹੈ। ਅਤੇ ਜਿਹੜੇ ਵੱਡੇ ਵੱਡੇ ਪਾਰਲਰਾਂ 'ਚ ਜਾ ਕੇ ਮਹਿੰਗੇ ਮਹਿੰਗੇ ਆਪਾਂ ਫੇਸ਼ੀਅਲ ਕਰਾਉਂਦੇ ਹਾਂ ਨਾ, ਉਹਨਾਂ ਨੂੰ ਵੀ ਮਾਤ ਦਿੰਦੇ ਸੱਚੀ ਪੁੱਛੋ, ਇੰਨਾ ਵਧੀਆ ਫੇਸ ਪੈਕ ਹੈ। ਕਈ ਚੀਜ਼ਾਂ ਨੇ ਇਹਦੇ ਵਿੱਚ ਤੁਸੀਂ ਦੇਖੀਆਂ ਹੀ ਹੋਣੀਆਂ ਨੇ, ਸਿਰਫ ਚੰਦਨ ਦਾ ਪਾਊਡਰ ਲਿਆ, ਬੇਸਣ ਲਿਆ, ਥੋੜ੍ਹੀ ਜਿਹੀ ਹਲਦੀ ਚੁਟਕੀ ਕੁ ਲਈ ਹੈ, ਬਾਕੀ ਜਿਹੜਾ ਆਪਾਂ ਜਿਹੜੀ ਮਲੇਠੀ ਹੈਗੀ ਉਹ ਰਾਤ ਭਰ ਭੇ ਕੇ ਰੱਖੀ ਸੀ, ਅਤੇ ਉਹਦਾ ਪਾਣੀ ਜਿਹੜਾ ਉਹ ਪਾਉਣਾ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਲੱਗ ਜਾਣਾ, ਲਗਾਉਣ ਤੋਂ ਬਾਅਦ 20 ਕੁ ਮਿੰਟ 25 ਕੁ ਮਿੰਟ ਜਦੋਂ ਇਹਨੇ ਸੁੱਕ ਜਾਣਾ ਨਾ, ਆਪਾਂ ਇੱਦਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਇੱਦਾਂ ਰਿਮੂਵ ਕਰਨਾ ਹੈ। ਦੇਖੋ ਕਿੰਨੀ ਹੈ ਨਾ ਗਲੋਇੰਗ ਕਰਨ ਲੱਗ ਗਈ ਸਕਿਨ, ਬਹੁਤ ਵਧੀਆ ਇਹ ਪੈਕ ਹੈ, ਬਹੁਤ ਜਲਦੀ ਮਤਲਬ ਕਿ ਤੁਹਾਡੀ ਰੰਗਤ ਜਿਹੜੀ ਨਿਖਾਰਦਾ ਹੈ, ਅਤੇ ਬਹੁਤ ਹੀ ਜਲਦੀ ਜਿਹੜਾ ਹੈ ਤੁਹਾਡੀਆਂ ਛਾਈਆਂ ਜਿਹੜੀਆਂ ਨੇ ਰਿਕਵਰ ਛੁਰੀਆਂ ਹੋ ਜਾਂਦੀਆਂ ਨੇ ਸ਼ੁਰੂ ਹੋਣੀਆਂ। ਹਾਂ ਦੇਖੋ ਬਹੁਤ ਵਧੀਆ ਹੈ। ਅਤੇ ਇੱਦਾਂ ਜਦੋਂ ਤੁਸੀਂ ਰਿਮੂਵ ਕਰੋਗੇ ਨਾ ਹੱਥਾਂ ਨਾਲ, ਅਤੇ ਜਿਹੜੇ ਵਾਲ ਹੁੰਦੇ ਆ ਨਾ ਚਿਹਰੇ ਦੇ ਉਹ ਵੀ ਬਹੁਤ ਜਲਦੀ ਸਾਫ਼ ਹੋ ਜਾਂਦੇ ਆ। ਅਤੇ ਲਓ ਜੀ ਵੇਖੋ ਸਕਿਨ ਹੋ ਗਈ ਬਿਲਕੁਲ ਸਾਫ਼, ਅਤੇ ਹੁਣ ਆਪਾਂ ਇਹਨੂੰ ਵੋਸ਼ ਕਰਕੇ ਆਉਂਦੇ, ਹਲੇ ਵੋਸ਼ ਨਹੀਂ ਕੀਤੀ ਹੈਗੀ, ਮੈਂ ਇੱਦਾਂ ਹੀ ਮਸਲ ਮਸਲ ਕੇ ਇਹਨੂੰ ਉਤਾਰ ਦਿੱਤੇ। ਅਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਹ ਜਿਹੜਾ ਪੈਕ ਹੈ ਨਾ ਇਹ ਜ਼ਰੂਰ ਇਸਤੇਮਾਲ ਕਰਿਓ ਬਹੁਤ ਵਧੀਆ ਸਕਿਨ ਵਾਸਤੇ। ਫਿਰ ਮਿਲਾਂਗੇ ਜੀ ਆਪਾਂ ਇੱਕ ਨਵੀਂ ਵੀਡੀਓ ਨਾਲ, ਅਤੇ ਨਾਲੇ ਤੁਹਾਨੂੰ ਕਰੀਮ ਬਣਾਉਣਾ ਦੱਸਾਂਗੇ ਜੇ ਤੁਸੀਂ ਕਮੈਂਟ ਕਰੋਗੇ। ਲਓ ਜੀ।
ਬਾਏ।